ਝਾੜ ਮਜ਼ਬੂਤ ਹੋਵੇ, ਆਹ ਖਿੱਚਾਂ ਮਜ਼ਬੂਤ ਹੋਣ, ਚਾਦਰ ਡੇਢ ਸੁੱਤਰ ਮੁੰਡੇ ਚਾਦਰ ਹੋਵੇ, ਆਹ ਦੀ ਪੱਟੀ ਲੱਗੀ ਹੋਈ ਹੈ, ਸਹੀ ਹੋ ਗਿਆ ਮਾਰਕੀਟ ਚ ਵਿਕਦਾ ਪਿਆ ਨਾ। ਇਹ ਤਾਂ ਤੁਸੀਂ ਬਹੁਤ ਵੱਡਾ, ਜਿਵੇਂ ਉਹਨੂੰ ਲਾਇਆ ਹੁੰਦਾ ਆਪਾਂ ਰੂਟਰ ਨੂੰ ਲਾਇਆ ਹੁੰਦਾ ਜਾਂ ਹਲਾਂ ਨੂੰ ਲਾਇਆ ਹੁੰਦਾ, ਉਹ ਤਾਂ ਬੜਾ ਬਰੀਕ ਲੱਗਦਾ, ਇਹ ਬੜਾ ਮਜ਼ਬੂਤ ਮੋਟਾ ਲਗਾ ਦਿੱਤਾ, ਇਹ ਕੀ ਏਡੀ ਟੈਂਸ਼ਨ? ਸਾਰਾ ਲੋਡ ਇਹਨੇ ਜਦੋਂ ਖਿੱਚਣਾ ਨਾ ਮਿੱਟੀ, ਹਾਂਜੀ ਹਾਂਜੀ, ਮਨਾਂ ਸਾਰ ਮਿੱਟੀ ਖਿੱਚਦਾ ਵਾ, ਹਾਂ ਮਿੱਟੀ ਦੇਾਂਗੇ ਤੇ ਖਿੱਚੇਗੀ, ਸਹੀ ਗੱਲ। ਇਹ ਹਾਲ ਮਜ਼ਬੂਤ ਹੋਵੇ, ਇਹ ਖਿੱਚਾਂ ਮਜ਼ਬੂਤ ਹੋਣ, ਚਾਦਰ ਡੇਢ ਸੁੱਤਰ ਮੁੰਡੇ ਚਾਦਰ ਹੋਵੇ, ਹਾਂ ਉਹ ਸਾਰਾ ਕੰਮ ਚਾਦਰ ਦਾ ਖਿੱਚਣ ਦਾ ਕੰਮ ਹੈ, ਬਿਲਕੁਲ। ਅਗਰ ਇਹ ਮਾੜੀਆਂ ਲਾ ਦਿੱਤੀਆਂ ਤੇ ਦੂਜੇ ਦਿਨ ਹੱਥ ਚ ਆ ਜਾਏਗਾ, ਬਿਲਕੁਲ। ਆ ਸਾਈਡ ਤੇ ਸਪੋਰਟਾਂ ਵੀ ਦਿੱਤੀਆਂ ਹੀ ਆ, ਹਾਂਜੀ, ਇਹ ਅੰਦਰ ਸਪੋਰਟ ਦਿੱਤੀ 3.5 ਦਾ, ਆ ਚਾਦਰ ਲਗਾਈ 3.5 ਦਾ, 3.5 ਦਾ ਆ ਦੀ ਪੱਟੀ ਲੱਗੀ ਹੋਈ ਹੈ, ਸਹੀ ਹੋ ਗਿਆ। ਚਾਰਜੀ ਤੇ ਅੱਗੇ ਆ ਤੁਸੀਂ ਖੋਲ ਸਕਦੇ, ਖੋਲ ਕੇ ਨਾ ਆ ਲੈਵਲਰ ਬਣਾਉਂਦੇ, ਇਲੈਕਸ਼ਨ ਲੈਵਲਰ, ਸਹੀ ਸਹੀ ਸਹੀ, ਖੋਲੋ ਉਹਨੂੰ ਪਿਛਲੀ ਸਾਈਡ ਤੇ ਦੱਸਿਓ ਜਰਾ, ਇੱਕ ਪਿੱਛੇ ਇੱਕ ਹੋਰ ਸਿਸਟਮ ਲਾਇਆ, ਇਹ ਇਹਦੀ ਕੀਮਤ ਕੀ ਹੈ ਭਾਈ? ਮਾਰਕੀਟ ਦੇ ਚੋਂ ਅਲੱਗ ਚੀਜ਼ ਬਣੀ ਹੈ ਜੀ। ਬੜੀ ਮਿਹਰਬਾਨੀ।